वेलकम बैक इन आवर ब्रेक एंड डॉक्टर साहब ਸਾਡੇ ਦਸ਼ਕਾਂ ਦੱਸੋ वर्ल्ड ਹਿਸਟਰੀ वर्ल्ड ਹਿਸਟਰੀ ਦੇ ਹਵਾਲੇ ਨਾਲ 1843 ਦੇ ਵਿੱਚ ਪਹਿਲਾ ਕਾਲਾ ਜਿਹੜਾ ਅਮਰੀਕਾ ਦਾ ਫਸਟ ਟਾਈਮ ਉਹਨੇ ਲਿਬਰਟੀ ਪਾਰਟੀ ਬਣੀ ਸੀ ਉਦੀ ਕਨਵੈਨਸ਼ਨ ਦੇ ਵਿੱਚ ਹਿੱਸਾ ਲਿਆ ਜੀ 1850 ਦੇ ਵਿੱਚ ਹੋਨੋਲুলੂ ਜਿਹੜਾ ਕਿ ਹਵਾਈ ਦਾ ਇੱਕ ਸ਼ਹਿਰ ਹੈ ਇੱਕ ਇੱਕ ਸਿਟੀ ਬਣਿਆ ਜੀ 1944 ਦੇ ਵਿੱਚ ਸੋਵੀਅਤ ਟ੍ਰੂਪਸ ਜਿਹੜੇ ਨੇ ਉਹ ਬੁਕਾਰੈਸਟ ਰូមਾਨੀਆ ਦੇ ਵਿੱਚ ਉਹਨਾਂ ਨੇ ਐਂਟਰੀ ਕੀਤਾ 1963 ਦੇ ਵਿੱਚ ਮਾਸਕੋ ਤੇ ਵਾਸ਼ਿੰਗਟਨ ਦੇ ਵਿਚਾਲੇ ਇੱਕ ਹੌਟਲਾਈਨ ਕਾਇਮ ਹੋਈ ਕਿਉਂਕਿ ਉਹ ਪੀਰੀਅਡ ਸੀ ਕੈਨੇਡੀ ਪ੍ਰੈਜ਼ੀਡੈਂਸੀ ਸੀ ਜੀ ਔਰ ਕਿਊਬਾ ਮਿਸਲ ਕ੍ਰਾਈਸਿਸ ਨੂੰ ਕਹਿੰਦੇ ਨੇ ਕਿਊਬਾ ਦੇ ਵਿੱਚ ਰੂਸਵਾੜਿਆਂ ਨੇ ਮਿਸਾਈਲਾਂ ਤਾਇਨਾਤ ਕਰਨੀਆਂ ਸੀ ਜੀ ਅਮਰੀਕਾ ਉਹਨਾਂ ਨੂੰ ਰੋਕਣਾ ਚਾਹੁੰਦਾ ਸੀ ਔਰ ਰਸ਼ੀਅਨਜ਼ ਬਜ਼ਿਦ ਸੀ ਮਜ਼ਾਹਿਰਾਂ ਦੇਣ ਦੇ ਉੱਤੇ ਸੋ ਜਿਵੇਂ ਕਿਹਾ ਜਾਂਦਾ ਹੈ ਕਿ ਇਸ ਸੰਸਾਰ ਦਾ ਜਿਹੜਾ ਵਿਨਾਸ਼ ਹੈ ਉਹ ਕੁਝ ਮਿੰਟ ਦੂਰ ਸੀ ਦੋਨਾਂ ਦੇ ਹੱਥ ਜਿਹੜੇ ਨੇ ਨਿਊਕਲੀਅਰ ਬਟਨ ਦੇ ਉੱਤੇ ਟिके ਹੋਏ ਸੀ ਮਾਸਕੋ ਦੇ ਔਰ ਵਾਸ਼ਿੰਗਟਨ ਦੇ ਪਰ ਅਖੀਰਲੇ ਪਲ ਜਿਹੜਾ ਰੂਸ ਹੈ ਉਹ ਬੈਕ ਆਫ ਕੀਤਾ ਉਹਨਾਂ ਨੇ ਮਿਜ਼ਾਈਲਾਂ ਨਹੀਂ ਭੇਜੀਆਂ ਤੇ ਨਿਊਕਲੀਅਰ ਜਿਹੜੀ ਇੱਕ ਐਂਡ ਹੋਣਾ ਸੀ ਸੰਸਾਰ ਦਾ ਰੋਗ ਹੈ ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਕੀਤਾ ਹੈ ਮਾਸਕੋ ਔਰ ਵਾਸ਼ਿੰਗਟਨ ਨੇ ਕਿ ਸਾਨੂੰ ਆਪਸ ਦੇ ਵਿੱਚ ਇੱਕ ਹੌਟਲਾਈਨ ਕਾਇਮ ਕਰਨੀ ਚਾਹੀਦੀ ਹੈ 1980 ਦੇ ਵਿੱਚ ਪੋਲਿਸ਼ ਗਵਰਨਮੈਂਟ ਨੇ ਸੋਲੀਡੈਰਿਟੀ ਨਾਂ ਦੀ ਆਰਗੇਨਾਈਜੇਸ਼ਨ ਜਿਹਨੂੰ ਵਾਲੇਸਾ ਨੇ ਲੀਡ ਕੀਤਾ ਤੇ ਬਾਅਦ ਉਹਦੇ ਚੋਂ ਸਾਰੇ ਯੂਰਪ ਦੀ ਆਜ਼ਾਦੀ ਨਿਕਲੀ ਜੀ ਉਹਨੂੰ ਰੈਕਗਨਾਈਜ਼ ਕੀਤਾ 1991 ਦੇ ਵਿੱਚ ਅਜ਼ਰਬਾਈਜਾਨ ਨੇ ਐਲਾਨ ਕੀਤਾ ਕਿ ਉਹ ਸੋਵੀਅਤ ਯੂਨੀਅਨ ਦਾ ਹਿੱਸਾ ਨਹੀਂ ਹੈ ਔਰ ਅੱਜ ਵੀ ਉਹ ਆਜ਼ਾਦ ਮੁਲਕ ਹੈ ਜੀ ਔਰ 1999 ਦੇ ਵਿੱਚ ਈਸਤੈਮੂਰ ਜਿਹੜੀ ਸਾਡੇ ਏਸ਼ੀਆ ਚ ਹੈ ਇੰਡੋਨੇਸ਼ੀਆ ਦਾ ਇੱਕੋ ਟਾਪੂ ਸੀ ਜੀ ਜ਼ਬਰਦਸਤੀ ਇੰਡੋਨੇਸ਼ੀਆ ਨੇ ਉਹਨੂੰ ਆਪਣੇ ਕਬਜ਼ੇ ਚ ਰੱਖਿਆ ਹੋਇਆ ਸੀ ਸੋ ਉਹਨਾਂ ਦੀ ਰਾਏ ਜਾਣਨ ਦੇ ਲਈ ਜਿਹਨੂੰ ਪਲਿਬਸਾਈਟ ਕਹਿੰਦੇ ਨੇ United Nations ਨੇ ਆਪਣਾ অবজারভার ਭੇਜੇ اور ਇਸ ਤੈਮੂਰ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਅਸੀਂ ਆਜ਼ਾਦ ਹੋਣਾ ਇੰਡੋਨੇਸ਼ੀਆ ਨਾਲੋਂ ਜੀ اور ਅੱਜ ਇਸ ਤੈਮੂਰ ਆਜ਼ਾਦ ਮੁਲਕ ਹੈ ਸੋ ਜੇ ਇਸ ਤੈਮੂਰ ਦੇ ਵਿੱਚ رائے شماری ਹੋ ਸਕਦੀ ਹੈ ਸਾਊਥ Sudan ਦੇ ਵਿੱਚ ਹੋ ਸਕਦੀ ਹੈ ਕੋਸੋਵ ਦੇ ਵਿੱਚ ਹੋ ਸਕਦੀ ਹੈ ਸਕਾਟਲੈਂਡ ਚ 2014 ਚ ਹੋਣੀ ਹੈ ਫਿਰ ਖਾਲਸਤਾਨ ਚ ਵੀ ਹੋਏਗੀ ਜੀ ਕਸ਼ਮੀਰ ਚ ਵੀ ਹੋਏਗੀ ਨਾਗਾਲੈਂਡ ਚ ਵੀ ਹੋਏਗੀ ਮਨੀਪੁਰ ਚ ਵੀ ਹੋਏਗੀ ਇਟਸ ਜਸਟ ਅ ਮੈਟਰ ਆਫ ਟਾਈਮ ਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਸਾਡਾ ਪਹਿਲਾ ਸਵਾਲ ਹੈ ਯੂਨਾਈਟਡ ਨੇਸ਼ਨਸ ਦੇ ਸਕੱਤਰ ਜਨਰਲ ਬਾਨਕੀ ਮੂਨ ਨੇ ਕਿਹਾ ਹੈ ਕਿ ਸੀਰੀਆ ਸੰਬੰਧੀ ਰਿਪੋਰਟ ਦਾ ਇੰਤਜ਼ਾਰ ਹੈ ਇਸ ਬਾਰੇ ਤੁਹਾਡੇ ਕੀ ਥੀ ਵਿਊਜ਼ ਹਨ ਦੇਖੋ ਚੰਗੀ ਗੱਲ ਹੈ ਕਿਉਂਕਿ ਕੱਲ ਤੱਕ ਇਹ ਲੱਗਦਾ ਸੀ ਕਿ ਸੀਰੀਆ ਦੇ ਉਤੇ ਅਮਰੀਕਾ ਦਾ ਬੇੜਾ ਜਾ ਚੁੱਕਾ ਹੈ ਜੰਗੀ ਅਟੈਕ ਹੋਏਗਾ ਜੀ ਇੰਗਲੈਂਡ ਦੇ ਕੁਝ ਐਮਪੀਜ਼ ਨੇ ਇਸ ਦੇ ਉੱਤੇ ਸਟੈਂਡ ਲਿਆ ਉਹਨਾਂ ਨੇ ਜਿਹੜਾ ਚੈਲੰਜ ਕੀਤਾ ਅਮਰੀਕਨਸ ਨੂੰ ਵੀ ਪ੍ਰੈਜ਼ੀਡੈਂਟ ਨੂੰ ਲਿਖਿਆ ਕਿ ਵੀ ਤੁਸੀਂ ਇਸ ਦੇ ਬਾਰੇ ਰੀ ਥਿੰਕ ਕਰੋ 100 ਦੇ ਕਰੀਬ ਐਮਪੀਜ਼ ਨੇ ਹੋਰ ਲਾਈਨ ਲਈ ਜੀ ਸੋ ਅੱਜ ਦੀ ਡੇਟ 'ਤੇ ਲੱਗਦਾ ਅੱਜ ਦੀਆਂ ਖਬਰਾਂ ਲੇਟੈਸਟ ਜਿਹੜੀਆਂ ਨੇ ਉਹ ਹੀ ਨੇ ਕਿ ਵੀ ਥੋੜਾ ਜਿਹਾ ਬੈਕ ਆਫ ਕੀਤਾ ਹੈ ਅਮਰੀਕਾ ਨੇ ਤੋ ਮੇਰਾ ਖਿਆਲ ਹੈ ਵੀ ਬੈਂਕੀਮੂਨ ਨੇ ਵੀ ਬਿਲਕੁਲ ਠੀਕ kiya ਵੀ ਆਲਰੇਡੀ ਯੂਨਾਈਟਡ ਹਾਲਾਂਕਿ ਅਮਰੀਕਾ ਪਹਿਲਾਂ ਟਰੈਸ਼ ਕਰ ਚੁੱਕਾ ਹੈ ਉਹਨਾਂ ਦੀ ਰਿਪੋਰਟ ਤੋਂ ਪਹਿਲਾਂ ਹੀ ਉਹਨੂੰ ਟਰੈਸ਼ ਕਰਦਾ ਉਹਨਾਂ ਨੇ ਕਿਹਾ ਜੀ ਨਹੀਂ ਇਟਸ ਇਟ ਵਿਲ ਬੀ ਗਾਰਬੇਜ ਜੀ ਔਰ ਲੇਕਨ ਬੈਂਕੀਮੂਨ ਸੈਕਟਰੀ ਜਨਰਲ ਨੇ ਕਿਹਾ ਵੀ ਵੇਟ ਫਾਰ ਦਾ ਰਿਪੋਰਟ ਜੀ ਸੋ ਮੈਨੂੰ ਲੱਗਦਾ ਹੈ ਵੀ ਜਿਹੜਾ ਇੰਗਲੈਂਡ ਦੇ ਵਿੱਚ ਵੀ ਡੇਵਿਡ ਕੈਮਰਨ ਨੂੰ ਆਪਣੀ ਪਾਰਲੀਮੈਂਟ ਦਾ ਸਮਰਥਨ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੀ ਪਹਿਲਾਂ ਐਮਪੀਜ਼ ਨੇ ਪਹਿਲਾਂ ਡਿਸਕਸ ਕਰੋ ਇਹਨੂੰ ਜੀ ਜੀ ਉਹਨੇ ਅਮਰੀਕਨਾਂ ਨੂੰ ਰੀਥਿੰਕ ਕਰਨ ਤੇ ਮਜਬ ਜੀ ਸਟੈਪ ਸਮਝਦੇ ਕਿਉਂਕਿ ਇਸ ਦੇ ਨਾਲ ਘਟੋ ਘਟ ਹਾਲਦੀ ਘੜੀ ਕਿਉਂਕਿ ਰਸ਼ੀਆ ਇਰਾਨ ਚਾਈਨਾ ਉਹਨਾਂ ਨੇ ਵੀ ਵਿਰੋਧੀ ਲਾਈਨ ਲਈ ਹੋਈ ਸੀ ਸੋ ਹਾਲਦੀ ਘੜੀ ਥੋੜੀ ਬਹੁਤ ਹੋਪ ਬਣੀ ਹੈ ਕਿ ਸ਼ਾਇਦ ਇਹ ਜਿਹੜੀ ਕਨਫਰਨਟੇਸ਼ਨ ਹੈ ਇਹ ਟਲ ਜਾਏ ਜੀ ਰੇਸਰ ਸਾਡਾ ਅਗਲਾ ਸਵਾਲ ਹੈ ਅਮਰੀਕਾ ਦੇ ਪ੍ਰਧਾਨ ਓਬਾਮਾ ਨੇ ਕਿਹਾ ਹੈ ਕਿ ਸੀਰੀਆ ਵਿੱਚ ਰਸਾਇਣਕ ਹਮਲੇ ਦੇ ਪਿੱਛੇ ਸੀਰੀਆ ਸਰਕਾਰ ਦਾ ਹੱਥ ਹੈ ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ ਆ ਦੇਖੋ ਕਿਉਂਕਿ ਬੈਂਕੀਮੂਨ ਵਾਲੇ ਪਾਰਟ 'ਚ ਇਹ ਉਹਦੇ ਨਾਲ ਹੀ ਗੱਲ ਜੁੜ ਜਾਂਦੀ ਹੈ ਕਿ ਅਲਟੀਮੇਟਲੀ ਇਸ ਗੱਲ ਦੇ ਉੱਤੇ ਅਮਰੀਕਾ ਨੇ ਆਪਣਾ ਕੇਸ ਬਿਲਡ ਕਰ ਲਿਆ ਸੀ ਜੀ ਇਹ ਪਹਿਲਾਂ ਹੀ ਰਿਪੋਰਟ ਆਣ ਤੋਂ ਯੂਨ ਆਬਜ਼ਰਵਰਸ ਦੀ ਕਿ ਜੀ ਇਹ ਤਾਂ ਜਿਹੜਾ ਉਹਨਾਂ ਨੇ ਸਰਕਾਰ ਨੇ ਕੀਤਾ ਹਾਲਾਂਕਿ ਸੀਰੀਆ ਗਵਰਨਮੈਂਟ ਨੇ ਡਿਨਾਈ ਕੀਤਾ ਔਰ ਹੁਣ ਕਿਉਂਕਿ ਬੈਂਕੀਮੂਨ ਨੇ ਲਾਈਨ ਲਈ ਹੈ ਇੰਗਲੈਂਡ ਨੇ ਥੋੜਾ ਬਹੁਤ ਉਹਨਾਂ ਤੇ ਪ੍ਰੈਸ਼ਰ ਬਣਾਇਆ ਹੈ ਸੋ ਇਹ ਬੈਕ ਆਫ ਕੀਤੇ ਨੇ ਵਿਚ ਇਜ਼ ਅ ਪੋਜ਼ਿਟਿਵ ਥਿੰਗ ਸੋ ਬਾਮਾ ਨੇ ਤਾਂ ਆਪਣਾ ਕੇਸ ਬਿਲਡ ਕਰ ਲਿਆ ਸੀ ਪਹਿਲਾਂ ਹੀ ਕਹਿ ਕੇ ਜੀ ਇਹ ਉਹਨਾਂ ਦਾ ਹੀ ਹੱਥ ਹੈ ਔਰ ਅਟੈਕ ਦੇ ਲਈ ਤਿਆਰੀ ਸੀ ਸੋ ਐਟ ਲੀਸਟ ਅ ਫਾਰ ਦਾ ਪ੍ਰੈਜ਼ੈਂਟ ਥੋੜੀ ਦੇਰ ਲਈ ਇਹ ਜ਼ਰੂਰ ਰੁਕੀ ਹੈ ਗੱਲ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਦੇਖੋ ਅੱਜ ਦੇ ਵਿਚਾਰ ਲਈ ਅਸੀਂ ਲੈਂਦੇ ਪੰਜਾਬ ਦੇ ਜਿਹੜੇ ਬਹੁਤ ਸੂਫੀ ਫਕੀਰਾਨਾ ਸ਼ਾਇਰ ਸ਼ਾਹ ਹੁਸੈਨ ਜੀ ਉਹਨਾਂ ਦੀ ਲਿਖਤ ਨੂੰ ਚੁਣਿਆ ਔਰ ਇਹ ਜਿਹੜੀ ਉਹਨਾਂ ਦੀ ਲਿਖਤ ਹੈ ਰਾਗ ਗੁਜਰੀ ਦੇ ਵਿੱਚ ਹੈ ਉਸ ਤੇ ਤਿੰਨ ਕਪਲੇਟ ਅਸੀਂ ਚੁਣੇ ਨੇ ਜੀ ਪਹਿਲਾ ਨੀ ਸਯੋ ਮੈਨੂੰ ਢੋਲ ਮਿਲੇ ਤਾਂ ਜਾਪੇ ਬਿਰਹੋਂ ਬੁਲਾਏ ਕਤੀ ਤਨ ਅੰਦਰ ਮੈਂ ਆਪੇ ਹੋਈ ਆਪੇ ਅਸੀਂ ਕੱਲ ਵੀ ਗੱਲ ਕੀਤੀ ਸੀ ਬਿਰਹਾ ਦੇ ਕੰਟੈਕਸਟ ਦੇ ਵਿੱਚ ਜੀ ਕਿ ਜਿਹੜਾ ਵਿਛੋੜਾ ਔਰ ਵਿਛੋੜੇ ਦੀ ਕਸਕ ਹੈ ਵਿਛੋੜੇ ਦੀ ਪੀੜ ਹੈ ਇਹ ਵਸਲ ਦੇ ਲਈ ਮਿਲਾਪ ਦੇ ਲਈ ਬਹੁਤ ਜ਼ਰੂਰੀ ਹੈ ਔਰ ਜਿੰਨਾ ਸੂਫੀ ਗਿਆਨ ਹੈ ਸੂਫੀਆਂ ਦਾ ਜਿਹੜਾ ਆਧਾਰ ਹੈ ਉਹ ਤਾਂਗ ਹੈ ਪ੍ਰੇਮ ਦੀ ਜੀ ਔਰ ਉਹਦੇ ਚ ਨੀ ਸਈਓ ਹੁਣ ਇਹ ਜਦੋਂ ਸਈਓ ਦੀ ਗੱਲ ਵੀ ਹੁੰਦੀ ਹੈ ਆਤਮਾਵਾਂ ਦੀ ਗੱਲ ਹੁੰਦੀ ਹੈ ਸਹੇਲੀਆਂ ਦੀ ਗੱਲ ਹੈ ਔਰ ਗੁਰਬਾਣੀ ਚ ਵੀ ਏ ਸੀ ਡੀ ਨੂੰ ਕਈ ਥਾਂ ਭੈਣਾ ਸਖੀ ਸਹੇਲੀ ਮਹਿਲੀ ਇਹਨਾਂ ਸ਼ਬਦਾਂ ਨਾਲ ਸਮੋਦਨ ਕੀਤਾ ਨੀ ਸਈਓ ਮੈਨੂੰ ਢੋਲ ਮਿਲੇ ਤਾਂ ਜਾਪੇ ਬਿਰਹੋਂ ਬੁਲਾਏ ਬਿਰਹੋਂ ਬੁਲਾਏ ਇਬਲਾ ਬਣੀ ਹੋਈ ਐ ਬਿਰਹਾਂ ਜੀ 31 ਤਨ ਅੰਦਰ ਮੇਰੇ ਤਨ ਦੇ ਅੰਦਰ ਐ ਮੈਂ ਆਪੇ ਹੋਈ ਆਪੇ ਬਾਲਪਣਾ ਮੈਂ ਖੇਲ ਗਵਾਇਆ ਜੋਬਣ ਮਾਨ ਵਿਆਪੈ ਸੋਹ ਰਾਵਣ ਦੀ ਰੀਤ ਨਾ ਜਾਣੀ ਇਸ ਸੁੰਝੇ ਤਰਨਾਪੇ ਕਿ ਮੇਰਾ ਬਚਪਨ ਵੀ ਤਰਨਾਪਾ ਜਵਾਨੀ ਵੀ ਦੁਨੀਆ ਦੇ ਜੋਬਨ ਮਾਨ ਤਾਂ ਦੇ ਵਿੱਚ ਚਲੀ ਗਈ ਜੀ ਇਸ਼ਕ ਵਿਛੋੜੇ ਥੀ ਬਾਲੀ ਢਾਂਡੀ ਹਰਦਮ ਮੈਨੂੰ ਤਾਪੈ ਹਿਕਸ ਕਹੀਂ ਨਾਲ ਦਾਦ ਨਾ ਦਿੱਤੀ ਇਸ ਸੁੰਝੇ ਤਰਨਾਪੇ ਜੀ ਕਿ ਮੈਂ ਭੁੱਲੀ ਰਹੀ ਜਵਾਨੀ ਦੇ ਵਿੱਚ ਕਿਸੇ ਨੇ ਮੈਨੂੰ ਇਹ ਰਾਹ ਨਹੀਂ ਦੱਸਿਆ ਰੱਬ ਦਾ ਤੇ ਮੈਂ ਦੁਨੀਆ ਦੀ ਜਿਹੜੀ ਮਾਇਆ ਦੇ ਚੱਕਰ ਨੇ ਉਹਨਾਂ ਦੇ ਵਿੱਚ ਫਸੀ ਰਹੀ ਜੀ ਸਿਕਣ ਦੂਰ ਨ ਥੀਵੇ ਦਿਲ ਤੋਂ ਵੇਖਣ ਨੂੰ ਮਨ ਤਾਪੈ ਕਹ ਹੁਸੈਨ ਸੁਹਾਗਣ ਸਾਈ ਜਾ ਸੋ ਆਪ ਸੰਜਪੇ ਉਹਨੇ ਇਹ ਵੀ ਸੁਹਾਗਣ ਤੇ ਦੁਹਾਗਣ ਜਾਇ ਪੁੱਛੋ ਕਿ ਵੀ ਕਿਵੇਂ ਹੈ ਕਿਨਾਂ ਕਿਨਾਂ ਗੱਲਾਂ ਦੇ ਨਾਲ ਸ਼ੌ ਮਿਲਦਾ ਰੱਬ ਮਿਲਦਾ ਜੀ ਜੋ ਕਿਛ ਕਰੇ ਸੋ ਭਲਾ ਕਰਮਾਨੀ ਹੈ ਹਕਮਤ ਹੁਕਮ ਚੁਕਾਈ ਹੈ ਜੀ ਜਾਂ ਕਹਿ ਪ੍ਰੇਮ ਪਦਾਰਥ ਪਾਈ ਹੈ ਤੋ ਚਰਣੀ ਚਿਤ ਲਾਈ ਹੈ ਸ਼ੌ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈ ਹੈ ਏਵ ਕਹੈ ਸੁਹਾਗਣੀ ਭੈਣੇ ਇਨੀ ਬਾਤیں ਸ਼ੌ ਪਾਈ ਹੈ ਆਪ ਗਵਾਈ ਹੈ ਤਾਂ ਸ਼ੌ ਪਾਈ ਹੈ ਔਰ ਕੈਸੀ ਚਤਰਾਈ ਸ਼ੌ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਦ ਪਾਈ ਸੋ ਇਹ ਇਸੇ ਥੋਟ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਸਿਕਣ ਦੂਰ ਨਾ ਥੀਵੇ ਦਿਲ ਤੋਂ ਵੇਖਣ ਨੂੰ ਮਨ ਤਾਪੇ ਕਿ ਖਿੱਚ ਹੈ ਮਿਲਣ ਦੀ ਕਹ ਹੁਸੈਨ ਸੁਹਾਗਣ ਸਾਈ ਕਿ ਉਹੀ ਸੁਹਾਗਣ ਹੈ ਉਸ ਦਾ ਹੀ ਪਤੀ ਕਾਇਮ ਹੈ ਜਾਂ ਸੋ ਆਪ ਸੰਜਾਪੇ ਜੇ ਪਤੀ ਆਪ ਉਸ ਦੀ ਪਛਾਣ ਕਰਦੇ ਜੀ ਮੰਡੀ ਦਿਲ ਟੈਂਡੇ ਨਾਲ ਲੱਗੀ ਤੋੜੀ ਨਹੀਂ ਟੁੱਟਦੀ ਛੋੜੀ ਨਹੀਂ ਛੁੱਟਦੀ ਕਲਮ ਰਬਾਨੀ ਵੱਗੀ ਸਾਈਂ ਦੇ ਖਜ਼ਾਨੇ ਖੁੱਲੇ ਅਸਾਂ ਵੀ ਝੋਲੜੀ ਅੱਡੀ ਨਹੀਂ ਸਈਓ ਅਸੀਂ ਨੈਣਾਂ ਦੇ ਆਖੇ ਲੱਗੇ ਜਿਨ੍ਹਾਂ پاک ਨਿਗਾਹਾਂ ਹੋਈਆਂ ਸੋ ਸੇ ਕਹੀ ਨਾ ਜਾਣਦੇ ਠੱਗੇ ਕਾਲੇ ਪਟ ਨਾ ਚੜੇ ਸਫੀਦੀ ਕਾਗ ਨਾ ਥਿੰਦੇ ਬੱਗੇ ਸ਼ਾਹ ਹੁਸੈਨ ਸ਼ਹਾਦਤ ਪਾਇਨ ਜੋ ਮਰਨ ਮਿੱਤਰਾਂ ਦੇ ਅੱਗੇ ਸੋਨੀ ਸਈਓ ਅਸੀਂ ਨੈਣਾ ਦੇ ਆਖੇ ਲੱਗੇ ਇਸ ਨੂੰ ਬਹੁਤ ਸਾਰੇ ਗਾਇਕਾਂ ਨੇ ਗਾਇਆ ਬੜੇ ਅੱਛੇ ਅੰਦਾਜ਼ ਜੀ ਕبھی ਅਸੀਂ ਨੈਣਾ ਦੇ ਭਲੇਖੇ ਚ ਆ ਗਏ ਜੀ ਤੇ ਜਿਨ੍ਹਾਂ ਦੀਆਂ پاک ਨਿਗਾਹਾਂ ਨੇ ਉਹ ਠੱਗੇ ਨਹੀਂ ਜਾ ਸਕਦੇ ਜਿਹੜੇ ਪਾਕ ਨਹੀਂ ਨੇ ਪਵਿੱਤਰ ਨਹੀਂ ਨੇ ਕਾਲੇ ਕੱਪੜਿਆਂ ਨੂੰ ਕਦੇ ਸਫੇਦੀ ਦਾ ਰੰਗ ਨਹੀਂ ਚੜਦਾ ਤੇ ਕਦੇ ਕਾਂ ਜਿਹੜੇ ਨੇ ਕਾਗ ਨਾ ਥਿੰਦੇ ਬੱਗੇ ਨਾ ਹੀ ਜਿਹੜੇ ਕਾਂ ਨੇ ਉਹ ਛਿੱਟੇ ਹੁੰਦੇ ਨੇ ਸ਼ਾਹ ਹੁਸੈਨ ਸ਼ਹਾਦਤ ਪਾਏ ਜੋ ਮਰਨ ਮਿੱਤਰਾਂ ਦੇ ਅੱਗੇ ਜਿਹੜਾ ਉਸ ਪਿਆਰੇ ਦੇ ਸਾਹਮਣੇ ਮਰ ਜਾਣਾ ਗੁਰੂ ਅੰਗਦ ਸਾਹਿਬ ਫਰਮਾਉਂਦੇ ਨੇ ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀ ਐ ਤਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਣਾ ਜੀ ਜੀ ਸੋ ਇਹ ਸ਼ਾਹ ਹੁਸੈਨ ਸ਼ਹਾਦਤ ਪਾਉਣ ਜੋ ਮਰਨ ਮਿੱਤਰਾਂ ਦੇ ਅੱਗੇ ਉਸ ਪਿਆਰੇ ਦੇ ਸਾਹਮਣੇ ਰੱਬ ਦੇ ਸਾਹਮਣੇ ਰੱਬ ਦੇ ਪਿਆਰ ਚ ਰੱਬ ਦੀ ਖਿੱਚ ਚ ਰੱਬ ਦੇ ਬੰਦਿਆਂ ਦੇ ਆ ਨਾਨਕ ਦੇ ਲਈ ਸ਼ਹਾਦਤ ਪਾਣਾ ਇਹ ਵੀ ਸਾਈ ਨੂੰ ਰਜਾਣਾ ਹੈ ਇਹ ਵੀ ਪਿਆਰੇ ਨੂੰ ਰਜਾਣਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ